ਇਹ ਬਾਦਲ ਨੇ ਕਿਰਪਾਨ ਪਾਈ ਸੀ, ਬਾਦਲ ਦੇ ਮੁੰਡੇ ਨੇ ਕਿਰਪਾਨ ਪਾਈ ਸੀ, ਇਹਨਾਂ ਨੇ ਕਿਰਪਾਨ ਪਾ ਕੇ ਸਿੱਖੀ ਦਾ ਘਾਣ ਕੀਤਾ। ਜਿਹੜਾ ਸਿੱਖ ਹੈ, ਜਿਹੜਾ ਅਸਲ ਦਾ ਸਿੱਖ ਹੈ, ਉਹ ਗੁਰੂ ਕੀ ਕਹਿੰਦਾ, ਗੁਰੂ ਕਹਿੰਦਾ ਬਗਾਨੇ ਦਾ ਸਤਿਕਾਰ ਕਰੋ, ਜੇ ਘਰ ਆਏ ਦਾ ਮਾਣ ਕਰੋ, ਤੇ ਪਿਆਰ ਨਾਲ ਗੱਲ ਕਰੋ। ਆਉਂਦਿਆਂ ਸਾਰ ਕਿਸੇ ਨੂੰ ਤਮਾਚੜਾਂ ਨੂੰ ਪੈ ਜਾਣਾ, ਇਹਦੇ ਪਿੱਛੇ ਬੀਬੀ ਬਾਦਲ ਬੋਲਦੀ ਹੈ, ਬੀਬੀ ਬਾਦਲ ਬੋਲਦੀ ਹੈ, ਇਹਨਾਂ ਦੇ ਪਿੱਛੇ ਕੋਈ ਸਾਜਿਸ਼ ਬੋਲਦੀ ਹੈ। ਔਰ ਮੈਂ ਉਹਨਾਂ ਦੋਸਤਾਂ ਸਾਜਿਸ਼ਾਂ ਨੂੰ ਦੱਸਣਾ ਚਾਹੁੰਦਾ, ਉਹਦੀ ਤਰੀਕ ਨੂੰ, ਜੇ ਮੈਂ ਮਾੜਾ ਹੋਵਾਂ ਤਾਂ ਰਾਜਾ ਵੜਿੰਗ, ਜਿਹਦਾ ਬਾਪ ਕੋਈ ਮੰਤਰੀ ਨਹੀਂ ਸੀਗਾ, ਜਿਹਦਾ ਬਾਪ ਕੋਈ ਸਰਪੰਚ ਨਹੀਂ ਸੀਗਾ, ਜਿਹਦਾ ਬਾਪ ਕੋਈ ਚੌਕੀਦਾਰ ਨਹੀਂ ਸੀਗਾ, ਕੱਲੇ ਕਹਿ ਰਹੇ ਨੇ ਰਾਜਨੀਤੀ ਸ਼ੁਰੂ ਕੀਤੀ ਤੇ ਅੱਜ ਇੱਥੋਂ ਤੱਕ ਪਹੁੰਚਣ ਦਾ ਕੰਮ ਕੀਤਾ। ਇਹੋ ਜਿਹੜੇ ਲੋਕਾਂ ਦੇ ਪੇੜ ਲੋਕ ਹੁੰਦੇ ਹੈ, ਉਹ ਕਦੇ ਵੀ ਕਿਸੇ ਤੇ ਕੁਝ ਵੀ ਇਲਜ਼ਾਮ ਲਾਇਆ ਕਰਦੇ ਹੈ। ਐ ਤਾਂ ਗੁਰੂ ਨਾਨਕ ਸਾਹਿਬ ਸਾਡੇ ਵੱਡ ਵਡੇਰਿਆਂ ਤੇ ਵੀ ਲੋਕਾਂ ਨੇ ਇਲਜ਼ਾਮ ਲਾਤੇ ਸੀ, ਪਰ ਕਿਸੇ ਦੇ ਇਲਜ਼ਾਮ ਲਾਉਣ ਦੇ ਨਾਲ ਕੋਈ ਸੱਚ ਸਾਬਤ ਨਹੀਂ ਹੋ ਜਾਂਦਾ। ਇਹਨਾਂ ਲੋਕਾਂ ਨੂੰ ਜੇ ਐਡੀ ਘੈਂਟ ਸੀ, ਜੇ ਕਿਸੇ ਦਾ ਕੁਛ ਕੀਤਾ ਸੀ, ਤਾਂ ਕਿੱਧਰ ਵੇ ਜਾ ਕੇ ਧਰਨਾ ਕਿਉਂ ਨਹੀਂ ਦਿੱਤਾ? ਮੇਰੀ ਕੋਠੀ ਦੇ ਬਾਹਰ ਚ ਧਰਨਾ ਕਿਉਂ ਨਹੀਂ ਦਿੱਤਾ? ਕਿੱਧਰ ਵੇ ਥਾਣੇ ਚੌਂਕ ਚ ਧਰਨਾ ਕਿਉਂ ਨਹੀਂ ਦਿੱਤਾ? ਕਿਉਂ ਨਹੀਂ ਕੋਈ ਖਬਰ ਲਵਾਈ? ਕੋਈ ਉੱਥੇ ਜੇ ਬਾਈ, ਜੇ ਮੈਂ ਤੁਹਾਡੀ ਕੋਈ 6 ਕਿੱਲੇ ਜ਼ਮੀਨ ਨਾ ਪਾਵਾਂ, ਤੁਸੀਂ ਉਸ ਪਿੰਡ ਦਾ ਰੌਲਾ ਨਹੀਂ ਪਾਇਆ, ਇਸ ਪਿੰਡ ਕਿਉਂ ਰੌਲਾ ਪਾਇਆ? ਇਹ ਜਾਣ ਬੁੱਝ ਕੇ ਉੱਥੋਂ ਦੀ ਖਬਰ ਵਿਖਾ ਦਿਓ ਕਿ ਰਾਜੇ ਵੜਿੰਗ ਨੇ ਖਬਰ ਤਾਂ ਲਵਾ ਸਕਦੇ ਹੋ ਕਿ ਆਹ ਜ਼ਮੀਨ ਨੱਪਦੀ, ਪਰ ਇਸ ਤਰ੍ਹਾਂ ਦੀਆਂ ਕੋਚੀਆਂ ਤੇ ਇਕੱਠੀਆਂ ਹਰਕਤਾਂ ਇਹ ਕੰਮ ਨਹੀਂ ਆਉਂਦੀਆਂ, ਇਹ ਉਲਟਾ ਫਰਕ ਪਾਉਂਦੀਆਂ, ਇਹ ਫਰਕ ਪਾਉਂਦੀਆਂ ਭਾਈਚਾਰੇ ਚ। ਕਿਸੇ ਦਾ ਕੱਖ ਨਹੀਂ ਜਾਂਦਾ, ਫਿਰ ਹੱਥ ਨਾਲ ਗੰਢਾਂ ਪਾਈਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਸੋ ਮੇਰੇ ਸਤਿਕਾਰਯੋਗ ਭਰਾਓ, ਮੈਂ ਆਪਦੇ ਸਨਮੁੱਖ ਬੇਨਤੀ ਕਰਨਾ ਚਾਹੁੰਦਾ, ਕੋਈ ਰਾਜਨੀਤੀ ਬੰਦਾ ਆਵੇ, ਕੋਈ ਵਿਅਕਤੀ ਆਵੇ, ਕਿਸੇ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ। ਇਹੋ ਜਿਹੇ ਬੰਦਿਆਂ ਦਾ ਆਪੇ ਕੋਈ ਨਾ ਕੋਈ ਤੋੜ ਮਿਲ ਜਾਂਦਾ, ਕਿਸੇ ਨੂੰ ਸਵਾ ਸਿਰ ਆਪੇ ਟੱਕਰ ਜਾਂਦਾ। ਤੁਸੀਂ ਕਿਸੇ ਨੂੰ ਲੜਨਾ ਨਹੀਂ, ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ। ਜੋ ਇਹਨਾਂ ਦਾ ਜੀ ਕਰੇ ਇਹਨਾਂ ਨੂੰ ਮਾਈਕ ਦੇ ਦੇ, ਜੋ ਰੱਜ ਕੇ ਬੋਲ ਸਕਦੇ ਹੈ। ਜੇ ਕਿਸੇ ਦੇ ਆਖਿਆ ਕਿਸੇ ਦਾ ਘਰ ਢਹਿ ਜੇ, ਫਿਰ ਤਾਂ ਗੁਆਂਢੀਆਂ ਦੀ ਰੋਜ਼ ਹੀ ਕੰਧ ਡਿੱਗੀ ਰਵੇ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਬੰਦਾ ਸੱਚਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀਓ ਮਾਤਾ ਓ ਭੈਣੋ, ਰਾਜੇ ਵੜਿੰਗ ਨੇ ਕਦੇ ਕਿੱਲੇ ਕੋਏ ਤੇ ਪੈਰ ਨਹੀਂ ਰੱਖਿਆ। ਲਓ ਤੁਹਾਨੂੰ ਕੋਟਲੀ ਦੀ ਗੱਲ ਸੁਣਾਉਣਾ ਚਾਹੁੰਦਾ। ਇੱਕ ਕੋਟਲੀ ਪਿੰਡ ਹੈ, ਜਾ ਕੇ ਆਇਓ, ਕੋਟਲੀ ਗਿੱਦੜਬਾਹ ਚ ਪਿੰਡ ਹੈ। ਇੱਕ ਬੰਦਾ ਮੇਰੇ ਰੋਜ਼ ਪੋਸਟਰ ਪਾੜਦਾ ਸੀ, ਇੱਕ ਬੰਦਾ ਹਿੰਮਤ ਸਿੰਘ ਸੀ, ਉਹ ਮੇਰਾ ਬੰਦਾ ਸੀ, ਉਹਦੇ ਕੋਲੇ 15-16 ਕਿੱਲੇ ਜ਼ਮੀਨ ਦੇ ਸੀ। ਦੂਜੇ ਪਾਸੇ ਇੱਕ ਗਰੀਬ ਵਿਚਾਰਾ ਟਰੱਕ ਡਰਾਈਵਰ, ਆਪਾਂ ਕਈ ਵਾਰੀ ਸਾਰਿਆਂ ਨੂੰ ਨਹੀਂ ਜਾਣਦੇ ਹੁੰਦੇ, ਉਹਦਾ ਕੇਸ ਚੱਲਦਾ ਸੀ। ਹਿੰਮਤ ਸਿੰਘ ਨੇ ਉਹਦੀ 2 ਕਿੱਲੇ ਜ਼ਮੀਨ ਨੱਪੀ ਵੀ ਸੀ, ਕੋਈ ਘਰ ਦਾ ਰੌਲਾ ਸੀ। ਕੋਰਟ ਚ ਕੇਸ ਹੋ ਗਿਆ ਤੇ ਕੋਰਟ ਨੇ ਫੈਸਲਾ ਦੇਤਾ ਉਹ ਗਰੀਬ ਦੇ ਹੱਕ ਵਿੱਚ, ਤੇ ਹੁਣ ਦਖਲ ਪੈਣਾ ਸੀ ਦਖਲ। ਤੇ ਮੇਰੇ ਕੋਲੇ ਹਿੰਮਤ ਸਿੰਘ ਆਪਣਾ ਬੰਦਾ ਕਾਂਗਰਸੀ ਸੀ, ਉਹ ਮੇਰੇ ਕੋਲੇ ਆਇਆ ਤੇ ਮੈਨੂੰ ਕਹਿੰਦਾ ਦਖਲ ਨਹੀਂ ਪਾਉਣਾ। ਮੈਂ ਕਿਹਾ ਕਿਉਂ? ਕਹਿੰਦਾ ਉਹ ਤੈਨੂੰ ਅਕਾਲੀ ਦਲ ਦਾ ਬੰਦਾ ਤੈਨੂੰ ਗਾਲਾਂ ਕੱਢਦਾ ਰਿਹਾ, ਕੋਠੇ ਬਰਣੇ ਵਾਲੇ ਦਾ ਕੇਸ ਹੈ, ਕੋਟਲੀ ਪਿੰਡ ਦੀ ਪੰਚਾਇਤ ਹੈ,
ਕਹਿੰਦਾ ਤੇਰੇ ਪੋਸਟਰ ਪਾੜਦਾ ਰਿਹਾ। ਮੈਂ ਕਿਹਾ ਚੰਗਾ ਕੋਈ ਨੀ, ਨਹੀਂ ਪੈਣ ਦਿੰਦੇ। ਮੈਂ ਪਟਵਾਰੀ ਨੂੰ ਫੋਨ ਕਰਤਾ ਵੀ ਨਾ ਬਈ ਹਜੇ ਤੱਕ ਕੋਈ ਐਸਾ ਕੰਮ ਨਾ ਕਰਿਓ ਮੈਨੂੰ ਬਿਨਾਂ ਪੁੱਛੇ। ਫੇਰ ਕੀ ਹੋਇਆ, ਦੋ ਦਿਨਾਂ ਬਾਅਦ ਉਹ ਬੰਦਾ ਤੇ ਬੁੜੀ ਮੇਰੇ ਕੋਲ ਆ ਗਏ। ਬੰਦਾ ਤੇ ਬੁੜੀ ਜਿਨ੍ਹਾਂ ਨੂੰ ਦਖਲ ਨਹੀਂ ਪੈਣ ਦਿੰਦਾ ਸੀ, ਉਹ ਵਿਚਾਰਾ ਮੇਰੇ ਕੋਲ ਆਇਆ, ਕਹਿੰਦਾ ਬਾਈ ਜੀ ਹਿੰਮਤ ਸਿੰਘ ਸਾਡੀ ਜ਼ਮੀਨ ਦਾ ਦਖਲ ਨਹੀਂ ਪੈਣ ਦਿੰਦਾ। ਮੈਂ ਕਿਹਾ ਫੇਰ, ਮੈਂ ਕਿਹਾ ਤੂੰ ਪੋਸਟਰ ਪਾੜਦਾ ਰਿਹਾ? ਕਹਿੰਦਾ ਹਾਂ। ਕਹਿੰਦਾ ਬਾਈ ਜੀ ਮੇਰੇ ਮਨ ਚ ਗੁੱਸਾ ਸੀ, ਪਰ ਮੈਂ ਸੱਚਾ ਹੈ, ਪਟਵਾਰੀ ਨੂੰ ਪੁੱਛ ਲਓ। ਮੈਂ ਪਟਵਾਰੀ ਨੂੰ ਪੁੱਛਿਆ, ਮੈਂ ਕਿਹਾ ਪਟਵਾਰੀ ਦੱਸ ਕੀ ਗੱਲ ਹੈ? ਉਹ ਕਹਿੰਦਾ ਜੀ ਕੋਰਟ ਨੇ ਇਹਦੇ ਹੱਕ ਚ ਕੇਸ ਕਰਤਾ ਤੇ ਜ਼ਮੀਨ ਇਹਦੀ ਬਣਦੀ ਹੈ। ਮੈਂ ਕਿਹਾ ਪਟਵਾਰੀ ਸਾਹਿਬ ਕੱਲ ਨੂੰ ਦਖਲ ਪਾ ਦੀ, ਕਿਉਂਕਿ ਇਸ ਗਰੀਬ ਬੰਦੇ ਨੇ ਜੇ ਮੇਰੇ ਪੋਸਟਰ ਪਾ ਰਿਹਾ ਕੋਈ ਗੱਲ ਨੀ, ਪਰ ਮੈਂ ਇਹਦੇ ਬੱਚਿਆਂ ਦੀਆਂ ਬਦ ਅਸੀਸਾਂ ਨਹੀਂ ਲੈਣਾ ਚਾਹੁੰਦਾ। ਮੈਨੂੰ ਰੱਬ ਨੇ ਬੜਾ ਕੁਛ ਦਿੱਤਾ, ਮੈਨੂੰ 50-100 ਵੋਟ ਨਾਲ ਫਰਕ ਨਹੀਂ ਪੈਂਦਾ। ਜੇ ਮੈਂ ਕਿਸੇ ਦੇ ਬੱਚੇ ਦੀ ਰੋਟੀ ਖਾਊਂਗਾ, ਜੇ ਮੈਂ ਖਵਾਊਂਗਾ ਤੇ ਮੈਂ ਖੁਆਨਾ ਹੋ ਜਾਊਂਗਾ, ਮੇਰੇ ਬੱਚਿਆਂ ਨੂੰ ਹੋਰੀਆਂ ਬਦ ਅਸੀਸਾਂ ਲੱਗ ਜਾਣਗੀਆਂ। ਰਾਜਾ ਵੜਿੰਗ ਰੱਬ ਤੋਂ ਡਰਨ ਵਾਲਾ ਬੰਦਾ ਹੈ। ਜੇ ਬੀਬੀ ਤੁਹਾਡੀ ਜ਼ਮੀਨ ਕਿਸੇ ਨੇ ਤਾਂ ਪੁਲਿਸੀ ਕਿਤੇ ਆ ਕੇ ਦੱਸਦੀ, ਧਿਆਨ ਚ ਲਿਆਉਂਦੇ, ਗੱਲ ਕਰਦੇ, ਫਲਾਨੇ ਨੇ ਨੱਪ ਲਈ ਹੈ, ਹੁੜੀ ਹੁੜੀ ਕਰਕੇ ਪੈਣ ਦਾ ਕਿਸੇ ਦਾ ਕੰਮ, ਦੱਸ ਮੇਰੇ ਕੋਲ ਕਿਹੜਾ ਬੰਦਾ ਆਇਆ ਤੇ ਕਿਹਨੇ ਮੈਨੂੰ ਕਿਹਾ ਵੀ ਫਲਾਨੇ ਵੇਲੇ ਜ਼ਮੀਨ, ਜੇ ਇੱਥੇ ਰੌਲਾ ਪਾਉਣ ਦਾ ਮਨ ਬਣਾ ਲਿਆ ਤੇ ਬੀਬੀ ਮੁਕਤਸਰ ਆ ਕੇ ਇੱਕ ਵਾਰੀ ਕਹਿ ਦਿੰਦੀ ਕਿ ਆਹ ਸਾਡੀ ਜ਼ਮੀਨ ਦਾ ਰੌਲਾ ਹੈ। ਮੈਂ ਕਿਹੜਾ ਰਾਜਾ ਵੜਿੰਗ, ਕੋਈ ਕਿਸੇ ਨੂੰ ਲੱਭਿਆ ਨੀ ਇੱਥੇ ਆਉਂਦਾ। ਜਿਹੜੇ ਚੌਂਕ ਚ ਮਰਜ਼ੀ ਰਾਜੇ ਵੜਿੰਗ ਨੂੰ ਪਾਲ ਲਓ, ਸੋ ਮੇਰੇ ਸਤਿਕਾਰਯੋਗ ਭਰਾਓ, ਬੇਫਜ਼ੂਲ ਦੀਆਂ ਗੱਲਾਂ ਪਤਾ ਨੀ। ਇਹ ਤਾਂ ਪਿੰਡ ਜਾ ਕੇ ਭਾਰੂ ਪਿੰਡ ਸਰਪੰਚ ਸਾਹਿਬ ਇੱਥੇ ਕੱਲ ਨੂੰ, ਬਾਈ ਜੀ ਇੱਕ ਮੇਰੀ ਬੇਨਤੀ ਹੈ, ਇੱਕ ਗੱਡੀ ਕਰਾ ਲਈ, ਗੱਡੀ ਕਰਾ ਲਈ ਤੇ ਭਾਰੂ ਪਿੰਡ ਲੈ ਕੇ ਜਾਈ ਗੱਡੀ ਤੇ ਪੁੱਛ ਕੇ 10 ਬੰਦੇ, 10 ਬੁੜੀਆਂ ਤੇ 10 ਬੰਦੇ ਜਿਹੜੇ ਨਿਊਟਰਲ ਬੰਦੇ ਹੈ ਉਹ ਜਾਣ ਤੇ ਪਿੰਡ ਚ ਪੜਤਾਲ ਕਰਨ ਕਿ ਕਿਸੇ ਦੀ ਕਿਹਨੇ ਜ਼ਮੀਨ ਨੱਪੀ ਹੈ, ਤੇ ਤੁਹਾਨੂੰ ਸਾਰਾ ਦੁੱਧ ਦਾ ਦੁੱਧ, ਦੁੱਧ ਦਾ ਪਾਣੀ, ਮੈਨੂੰ ਸਮਝ ਵੀ ਨਹੀਂ ਵੀ ਕਿਹਦੀ ਕਿਹੜੀ ਹੈ, ਕਿਹੜਾ ਕੋਈ ਜ਼ਮੀਨਦਾਰ ਰੌਲਾ ਹੈ ਕੀ ਨਹੀਂ ਹੈ, ਉਹ ਤੁਹਾਨੂੰ ਚੰਗੀ ਤਰ੍ਹਾਂ ਪਬਲਿਕ ਨੂੰ ਪਤਾ ਲੱਗ ਜਾਏ, ਤਾਂ ਜੋ ਇਹੋ ਜਿਹੇ ਲੋਕਾਂ ਦੀ ਅਸਲੀਅਤ ਜਨਤਾ ਦੇ ਵਿੱਚ ਵਾਕਫੀਅਤ ਹੋ ਜਾਏ। ਜ਼ਰੂਰ ਲੈ ਕੇ ਜਾਈ, ਤੈਨੂੰ ਸਹੁੰ ਹੈ ਬਾਬੇ ਦੀ। ਤੇ ਜੇ ਰਾਜੇ ਵੜਿੰਗ ਦਾ ਪਤਾ ਲੱਗ ਜਾਏ ਵੀ ਇਹ ਕੰਮ ਕਰਾਇਆ, ਸਾਰਾ ਪਿੰਡ ਭਾਵੇਂ ਬੀਬੀ ਬਾਦਲ ਨੂੰ ਪਾ ਦਿਓ, ਜੋ ਕੋਈ ਫਰਕ ਨਹੀਂ ਪੈਂਦਾ। ਰਾਜਾ ਵੜਿੰਗਾ ਦੇ ਅਸੂਲਾਂ ਦਾ ਪੱਕਾ ਹੈ, ਰਾਜਾ ਵੜਿੰਗ ਨੇ ਨਾ ਗਲਤ ਕੰਮ ਕੀਤਾ। ਇਹੋ ਜਿਹੀ ਮੈਂ ਲੱਤ ਮਾਰਦਾ ਐਮ ਐਲ ਏ ਸ਼ਿਪ ਦੇ ਕਿ ਮੈਂ ਸੱਚ ਤੇ ਚੱਲਣ ਵਾਲਾ ਬੰਦਾ। ਸੋ ਮੇਰੀ ਉਹ ਮਾਤਾ, ਉਹ ਭੈਣੋ, ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ, 19 ਤਰੀਕ ਨੂੰ ਬੜੇ ਰਜਵਾੜਿਆਂ ਨਾਲ ਮੁਕਾਬਲਾ ਹੈ, ਬੜੇ ਤਨਹਾਟ ਬੰਦਿਆਂ ਦਾ ਮੁਕਾਬਲਾ ਹੈ, ਉਹਨਾਂ ਲੋਕਾਂ ਦਾ ਮੁਕਾਬਲਾ ਹੈ ਜਿਹੜਾ ਦੁਨੀਆਂ ਦਾ ਸਭ ਤੋਂ ਅਮੀਰ, ਦੁਨੀਆਂ ਦਾ ਸਭ ਤੋਂ ਅਮੀਰ ਸਿੱਖ ਹੈ, ਪ੍ਰਕਾਸ਼ ਸਿੰਘ ਬਾਦਲ ਹੋਰੀ ਨੂੰਹ ਨਾਲ ਮੁਕਾਬਲਾ ਹੈ। ਕੱਲ ਉਹਨੇ ਕਾਗਜ਼ ਭਰੇ ਹੈ, ਮੈਂ ਤੁਹਾਨੂੰ ਦੱਸਦਾ ਹੈ, ਮੇਰੇ ਨਾਲ ਮੇਰੀ ਧਿਆਨ ਨਾਲ ਗੱਲ ਸੁਣੋ। ਆਪਦੀ ਜਾਇਦਾਦ ਦਾ ਵੇਰਵਾ ਦਿੱਤਾ ਬੀਬੀ ਬਾਦਲ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ, ਆਪਦੀ ਜਾਇਦਾਦ ਦਾ ਵੇਰਵਾ ਦੇਣਾ ਪੈਂਦਾ। ਬੀਬੀ ਨੇ ਕਿਹਾ ਕਿ ਮੇਰੇ ਕੋਲੇ 7 ਕਰੋੜ ਰੁਪਏ ਦੇ ਗਹਿਣੇ ਹੈ, ਇਕੱਲੇ ਇੱਕ ਨੰਬਰ 7 ਕਰੋੜ ਰੁਪਏ ਦੇ ਗਹਿਣੇ। ਆ ਪੱਤਰਕਾਰ ਖੜੇ, ਇਹਨਾਂ ਨੂੰ ਪੁੱਛ ਲਓ, ਕੋਠੀਆਂ, ਗੱਡੀਆਂ, ਫੈਕਟਰੀਆਂ, ਬੱਸਾਂ, ਕਾਰਾਂ, ਹੋਟਲ ਤੋਂ ਛੱਡ ਕੇ 7 ਕਰੋੜ ਰੁਪਏ ਦੇ ਬੀਬੀ ਕੋਲੇ ਇਕੱਲੇ ਗਹਿਣੇ ਹੈ। ਤੇ ਮੇਰੇ ਕੋਲੇ ਬੀਬੀ ਦੇ ਜਿਹੜੇ ਗਹਿਣੇ ਹੈ ਉਦੋਂ ਅੱਧੀ ਮੇਰੇ ਕੋਲੇ ਸਾਰੀ ਜਾਇਦਾਦ ਹੋਣੀ ਹੈ। ਮੇਰੇ ਸਤਿਕਾਰਯੋਗ ਭਰਾਓ, ਮੈਂ ਇਹਨਾਂ ਤਨਹਾਟ ਲੋਕਾਂ ਨਾਲ ਲੜਾਈ ਲੜਨ ਦਾ ਪ੍ਰਣ ਕੀਤਾ।
ਮੇਰੇ ਮਨ ਚ ਤਮੰਨਾ ਹੈ ਕਿ ਮੈਂ ਇਹਨਾਂ ਲੋਕਾਂ ਨਾਲ ਇਲੈਕਸ਼ਨ ਲੜਾਂ ਜਿਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾ ਲਿਆ, ਪੰਜਾਬ ਦੇ ਲੋਕਾਂ ਦਾ ਸੱਤਿਆ ਨਾਸ ਕਰਤਾ, ਜਿਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਤਾ, ਜਿਹਨਾਂ ਲੋਕਾਂ ਨੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕੀਤਾ, ਉਹਨਾਂ ਲੋਕਾਂ ਦਾ ਅਸੀਂ ਡਟ ਕੇ ਮੁਕਾਬਲਾ ਕਰੀਏ। ਔਰ ਮੈਂ ਸਾਰੀਆਂ ਪਹਿਲੀਆਂ ਭੈਣਾਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਆਉਣ ਵਾਲੀ 19 ਤਰੀਕ ਨੂੰ ਇੱਕ ਇੱਕ ਵੋਟ ਪੰਜੇ ਦਾ ਬਟਨ ਦਬਾ ਕੇ ਤੁਸੀਂ ਮੈਨੂੰ ਕਾਮਯਾਬ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।